हेलो एंड वेलकम बैक टू एवरीवन ऑन माय चैनल एडुमस्ट आज assi gal karange punjab patwari de jo posta nikliyan hoyian ne onu i hope sabne feel karta hoyega te hun ohdi exam di preparation de vich tusi sare lagge honge so aaj main is video ch kire kire points cover karungi oh main tan pehle das deni ha ki is video ch main punjab patwari di strategy theek hai ਸੈਕੰਡਲੀ ਮੈਂ ਬੁਕਸ ਦੇ ਬਾਰੇ ਚ ਗੱਲ ਕਰੂੰਗੀ ਇਸ ਵੀਡੀਓ ਦੇ ਵਿੱਚ ਕਿਹੜੇ ਕਿਹੜੇ ਬੁਕਸ ਤੁਸੀਂ ਫੋਲੋ ਕਰਨੀ ਹੈ ਪਲੱਸ ਤੁਸੀਂ ਕਿਵੇਂ ਅ ਇੰਟਰਨੈਟ ਦਾ ਸਹਾਰਾ ਲੈਣਾ ਹੈ ਠੀਕ ਹੈ ਕਿਹੜੇ ਸਰਚਸ ਲਾਈਕ YouTube ਐਂਡ ਆਲ ਤੇ ਕੀ ਕਰਨਾ ਹੈ ਤੇ ਕਿਵੇਂ ਤੁਸੀਂ ਪ੍ਰੈਪਰੇਸ਼ਨ ਕਰਨੀ ਹੈ ਇਸ ਬਾਰੇ ਸੀ ਥੋੜੀ ਥੋੜੀ ਗੱਲ ਕਰਾਂਗੇ ਓਕੇ ਸੋ लेट्स स्टार्ट द ਵੀਡੀਓ ਫਸਟ ਆਫ ਆਲ ਕਿ ਤੁਸੀਂ ਕਿਹੜੀ ਕਿਹੜੀ ਬੁਕਸ ਫੋਲੋ ਕਰਨੀਆਂ ਨੇ ਦੇਖੋ ਪੰਜਾਬ ਦੇ ਕਰਨ ਪੰਜਾਬ ਕਲਚਰ ਔਰ ਜਿਹੜਾ ਟੌਪਿਕ ਹੈ ਤੁਹਾਡਾ ਉਸ ਟੌਪਿਕ ਦੇ ਲਈ ਤੁਸੀਂ ਸਾਡਾ ਪੰਜਾਬ ਮਨੀਸ਼ ਜਿੰਦਲ ਦੀ ਬੁੱਕ ਤੁਸੀਂ ਦੇਖ ਰਹੇ ਹੋ ਕਵਰ ਤੇ ਇਸ ਤਰ੍ਹਾਂ ਦੀ ਬੁੱਕ ਤੁਸੀਂ ਇਸ ਨੇਮ ਦੇ ਉੱਤੋਂ ਦੀ ਔਰ ਇਸ ਟਾਈਟਲ ਦੇ ਨੇਮ ਤੋਂ ਤੁਸੀਂ ਬੁੱਕ ਹੈ ਉਸ ਨੂੰ ਤੁਸੀਂ ਫੋਲੋ ਕਰਨਾ ਹੈ ਸੈਕਿੰਡਲੀ ਤੁਸੀਂ ਅਗਰ ਚਾਹੁੰਦੇ ਹੋ ਕੋਈ ਅਹਜੀ ਬੁੱਕ ਜਿਹੜੀ ਕਿ 올 ਇਨ ਵਨ ਹੋਵੇ ਜਿਹਦੇ ਵਿੱਚ ਸਾਰੇ ਕੀ ਕੰਪਲੀਟ ਕਵਰੇਜ ਆਫ ਸਿਲੇਬਸ ਹੋਵੇ ਠੀਕ ਹੈ ਤੁਸੀਂ ਚੈਪਟਰ ਵਾਈਜ਼ ਥਿਊਰੀ ਦੇ ਵਿੱਚ ਦਿੱਤੀ ਹੋਈ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ 3000 ਐਮਸੀਕਿਊਜ਼ ਨੇ ਦੇ ਵਿੱਚ ਤੁਸੀਂ ਇਸ ਬੁੱਕ ਨੂੰ ਅਗਰ ਫੋਲੋ ਕਰਨਾ ਚਾਹੁੰਦੇ ਹੋ ਤਾਂ ਇਹ ਵੀ ਗੁੱਡ ਬੁੱਕ ਹੈ ਰਿਹੰਤ ਦੀ ਠੀਕ ਹੈ ਨੈਕਸਟ ਜੇ ਤੁਸੀਂ ਕੁਆਂਟ ਦੇ ਲਈ ਔਰ ਮੈਂਟਲ ਅਬਿਲਿਟੀ ਦੇ ਲਈ ਕੋਈ ਬੁੱਕ ਫੋਲੋ ਕਰਨਾ ਚਾਹੁੰਦੇ ਹੋ ਤਾਂ ਉਸ ਉਹ ਬੁੱਕ ਐਸ ਕੇ ਅਗਰਵਾਲ ਦੀ ਕੁਆਂਟੀਟੇਟਿਵ ਅਬਿਲਿਟੀ ਤੇ ਬੁੱਕ ਹੈ ਠੀਕ ਹੈ ਇਸ ਲੋਗੋ ਦੇ ਨਾਲ ਇਸ ਚੰਦੇ ਨਾਲ ਆਰ ایس ਅਗਰਵਾਲ ਲਿਖਿਆ ਹੋਗਾ ਤੁਸੀਂ ਇਸ ਬੁੱਕ ਨੂੰ ਫੋਲੋ ਕਰ ਸਕਦੇ ਹੋ ਮੈਂਟਲ ਅਬਿਲਟੀ ਦੇ ਲਈ ਵੀ ਸੇਮ ਰਾਈਟਰ ਦੀ ਬੁੱਕ ਤੁਸੀਂ ਫੋਲੋ ਕਰ ਸਕਦੇ ਹੋ ਓਕੇ ਅ नेक्स्ट ਤੁਸੀਂ ਜੇ ਇੰਗਲਿਸ਼ ਦੇ ਲਈ ਕੋਈ ਜਨਰਲ ਇੰਗਲਿਸ਼ ਦੇ ਲਈ ਬੁੱਕ ਫੋਲੋ ਕਰਨਾ ਚਾਹੁੰਦੇ ਹੋ ਲੈਂਗੁਏਜ ਦੇ ਲਈ ਤੁਸੀਂ ਲੂਸਨ ਦੀ ਬੁੱਕ ਫੋਲੋ ਕਰ ਸਕਦੇ ਹੋ ਤੇ ਲੂਸਨ ਦੀ ਬੁੱਕ ਤੁਸੀਂ ਇੰਟਰਨੈਟ ਸੌਰੀ ਇਨਫੋਰਮੇਸ਼ਨ ਟੈਕਨੋਲੋਜੀ ਦੇ ਲਈ ਕੰਪਿਊਟਰ ਦੇ ਲਈ ਵੀ ਤੁਸੀਂ ਲੂਸਨ ਦੀ ਬੁੱਕ ਯੂਜ਼ ਕਰ ਸਕਦੇ ਹਾਂ ਓਕੇ ਨੈਕਸਟ ਨੈਕਸਟ ਜਿਹੜੀ ਬੁੱਕਸ ਬਚ ਗਈਆਂ ਨੇ ਉਹਨਾਂ ਬਾਰੇ ਮੈਂ ਥੋੜਾ ਦੱਸ ਦਿੰਦੀ ਹਾਂ 9th ਤੇ 10th ਦੀ ਤੁਸੀਂ ਜਿਹੜੀ ਗ੍ਰਾਮਰ ਦੀ ਬੁੱਕਸ ਨੇ ਪੰਜਾਬੀ ਦੇ ਲਈ ਖਾਸ ਤੌਰ ਤੇ ਤੁਸੀਂ 9th ਤੇ 10th ਦੀ ਗ੍ਰਾਮਰ ਦੀ ਬੁੱਕ ਨੂੰ ਫੋਲੋ ਕਰਨਾ ਹੈ ਇੰਗਲਿਸ਼ ਦੇ ਲਈ ਵੀ ਥੋੜੀ-ਥੋੜੀ ਦੂਸਰੀ-ਦੂਸਰੀ ਚੋਂ ਹੈਲਪ ਲੈ ਸਕਦੇ ਹੋ ਐਗਰੀਕਲਚਰ ਦੀ ਬੁੱਕ ਤੁਸੀਂ 9th 10th ਦੀ ਫੋਲੋ ਕਰਨੀ ਹੈ ਉਹਦੇ ਵਿੱਚ ਤੁਹਾਨੂੰ ਇੰਟਰਨੈਟ ਤੇ ਵੀ ਮਿਲ ਜਾਏਗੀ ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ ਗੂਗਲ ਤੇ ਉਹਦੇ ਟੋਟਲ 88 ਪੇजेस ਨੇ ਉਹ ਬੁੱਕ ਤੁਸੀਂ ਆਪਟ ਕਰ ਸਕਦੇ ਹੋ ਨੈਕਸਟ ਅਸੀਂ ਕਿਸੇ ਵੀ ਜਿਹੜੇ ਵੀ ਪਟਵਾਰੀ ਦੀ ਇਗਜ਼ਾਮ ਦੀ ਤਿਆਰੀ ਕਰਵਾ ਰਹੇ ਆਪਣੇ ਟਾਪਿਕ ਦੇ ਰਿਲੇਟਡ ਹੈਲਪ ਲੈ ਸਕਦੇ ਹੋ ਉਹਨਾਂ ਦੇ ਚੈਨਲਾਂ ਤੋਂ ਠੀਕ ਹੈ ਚੈਨਲਸ ਤੋਂ ਉਹ ਉਸ ਚੈਨਲਸ ਤੋਂ ਤੁਸੀਂ ਹੈਲਪ ਲਓਗੇ ਨਾਲੇ ਤੁਸੀਂ ਲੂਸਨ ਦੀ ਬੁੱਕ ਫॉर ਕੰਪਿਊਟਰ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਔਰ ਕਰੰਟ ਇਨਫੋਰਮੇਸ਼ਨ ਇਨ ਥਿਸ ਫੀਲਡ ਤੋਂ ਮਤਲਬ ਲੂਸਨ ਦੀ ਬੁੱਕ ਤੁਸੀਂ ਫੋਲੋ ਕਰ ਸਕਦੇ ਹੋ ਆਪਣੇ ਟਾਪਿਕਸ ਦੇ ਕਵਰੇਜ ਦੇ ਲਈ ਬਟ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਕਰੰਟਲੀ ਥੋੜਾ ਜਿਹਾ ਅਵੇਅਰ ਰਹਿਣਾ ਹੈ ਕਿ ਕਿਹੜਾ ਕਿਹੜਾ ਵਰਜ਼ਨ ਚੱਲ ਰਿਹਾ ਹੈ MS Word ਦੇ ਵਿੱਚਵੇਂਗੀ ਪਾਵਰ ਪੁਆਇੰਟ ਦੀ ਐਕਸਟੈਂਸ਼ਨ ਕੀ ਹੈ ਇਹ ਥੋੜੀ ਥੋੜੀ ਜਰਨਲ ਨੌਲੇਜ ਤੁਸੀਂ ਆਪਣੀ ਲੈ ਕੇ ਚੱਲਣੀ ਹੈ ਕਿ ਕਿ ਅਗਰ ਕੁਝ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਕੁਝ ਨਿਊ ਹੋ ਰਿਹਾ ਹੈ ਉਸ ਦੇ ਬਾਰੇ ਥੋੜੀ ਥੋੜੀ ਇਨਫੋਰਮੇਸ਼ਨ ਤੁਸੀਂ ਲੈ ਕੇ ਜਾਓਗੇ ਓਕੇ ਦਿਸ ਇਜ਼ ਆਲ ਫਾਰ ਬੁੱਕਸ ਐਂਡ ਲੈਟਸ ਮੂਵ ਔਨ ਟੂ ਸਟ੍ਰੈਟਜੀ